ਕਿ ਪੰਜਾਬ ਇੱਕ ਵਾਰੀ ਫਿਰ ਵੰਡਿਆ ਜਾ ਰਿਹਾ ਹੈ। ਨਹੀਂ ਨਹੀਂ, ਅੰਗਰੇਜ਼ੀ ਹਕੂਮਤ ਵਾਪਸ ਨਹੀਂ ਜਾ ਰਹੀ ਅਤੇ ਦੋਹਾਂ ਪੰਜਾਬਾਂ ਦੇ ਵਿਚਲੀ ਲੀਕ ਵੀ ਦੁਬਾਰਾ ਨਹੀਂ ਉਕੇਰੀ ਜਾ ਰਹੀ। ਮਾਮਲਾ ਹੈ ਪਾਕਿਸਤਾਨ ਵਾਲੇ ਪੰਜਾਬ ਦਾ। ਮੈਂ ਹਾਂ ਆਰਿਸ਼, BBC ਪੰਜਾਬੀ ਤੋਂ, ਅਤੇ ਆਓ ਜਾਣਦੇ ਹਾਂ ਕਿ ਲਹਿੰਦੇ ਪੰਜਾਬ ਦੀ ਵੰਡ ਕਿਉਂ ਹੋ ਰਹੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ PTI ਨੇ ਵਾਅਦਾ ਕੀਤਾ ਸੀ ਕਿ ਸਾਊਥ ਪੰਜਾਬ ਇੱਕ ਵੱਖਰਾ ਸੂਬਾ ਬਣਾਇਆ ਜਾਏਗਾ ਜਿੱਥੇ ਪੰਜਾਬੀ ਦੀ ਭੈਣ ਮੰਨੀ ਜਾਂਦੀ ਸਰਾਇਕੀ ਬੋਲੀ ਬੋਲੀ ਜਾਂਦੀ ਹੈ। ਸਰਾਇਕੀ ਮੁੱਖ ਤੌਰ 'ਤੇ ਬਹਾਵਲਪੁਰ, ਮੁਲਤਾਨ ਅਤੇ ਡੇਰਾ ਗਾਜ਼ੀ ਖਾਨ ਦੇ ਇਲਾਕਿਆਂ 'ਚ ਬੋਲੀ ਜਾਂਦੀ ਹੈ। ਇਸੇ ਕਰਕੇ ਇਸ ਨੂੰ ਬਹਾਵਲਪੁਰੀ, ਮੁਲਤਾਨੀ ਅਤੇ ਡੇਰੇ ਵਾਲੀ ਭਾਸ਼ਾ ਵੀ ਆਖਿਆ ਜਾਂਦਾ ਹੈ। ਵੈਸੇ ਡਿਮਾਂਡ ਤਾਂ ਕਈ ਸਾਲਾਂ ਤੋਂ ਚੱਲ ਰਹੀ ਹੈ, ਪਰ ਹੁਣ PTI ਪਾਰਟੀ ਦੇ ਇੱਕ ਮੈਂਬਰ ਨੇ ਬਕਾਇਦਾ ਸੰਸਦ 'ਚ ਬਿੱਲ ਪੇਸ਼ ਕੀਤਾ ਹੈ ਕਿ ਪਾਕਿਸਤਾਨ ਦੇ ਸੂਬੇ 4 ਤੋਂ ਵਧਾ ਕੇ ਦੱਖਣੀ ਪੰਜਾਬ ਮਿਲਾ ਕੇ 5 ਕਰ ਦਿੱਤੇ ਜਾਣ। ਮਾਮਲਾ ਪੇਚੀਦਾ ਹੈ, ਇਸ ਲਈ ਸੰਸਦ ਨੇ ਫਿਲਹਾਲ ਇੱਕ ਕਮੇਟੀ ਬਣਾਈ ਹੈ ਜੋ ਇਸ ਬਾਰੇ ਵਿਚਾਰ ਕਰੇਗੀ। ਗੱਲਾਂ ਦੋ ਨੇ। ਪਹਿਲੀ ਗੱਲ ਤਾਂ ਹੈ ਵਿਕਾਸ ਦੀ। ਕਿਹਾ ਜਾਂਦਾ ਹੈ ਕਿ ਲਾਹੌਰ, ਰਾਵਲਪਿੰਡੀ ਵਿੱਚ ਸਾਰਾ ਵਿਕਾਸ ਸੀਮਿਤ ਹੈ ਅਤੇ ਦੱਖਣੀ ਪੰਜਾਬ ਨੂੰ ਫੰਡ ਵੀ ਨਹੀਂ ਮਿਲਦੇ। ਅੰਗਰੇਜ਼ਾਂ ਦੀ ਹਕੂਮਤ ਵੇਲੇ ਵੀ ਇਹ ਗੱਲ ਕਹੀ ਜਾਂਦੀ ਸੀ ਕਿ ਨਹਿਰਾਂ ਦੇ ਮਾਮਲੇ ਵਿੱਚ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ ਨੂੰ ਇਗਨੋਰ ਕੀਤਾ ਗਿਆ ਹੈ। ਜੇ ਤੁਸੀਂ ਲਿਟਰੇਸੀ ਰੇਟ ਵੇਖੋਗੇ ਤਾਂ ਸਾਖਰਤਾ ਬਹਾਵਲਪੁਰ ਵਿੱਚ ਤਾਂ ਮਸਾਂ 50% ਪਹੁੰਚਦੀ ਹੈ ਅਤੇ ਰਾਵਲਪਿੰਡੀ ਵਿੱਚ 75% ਦੇ ਨੇੜੇ ਹੈ। ਪੰਜਾਬ ਪਾਕਿਸਤਾਨ ਦਾ ਉਹ ਸੂਬਾ ਹੈ ਜਿੱਥੇ 60% ਪਾਕਿਸਤਾਨੀ ਰਹਿੰਦੇ ਨੇ। ਇਹ ਕਿਹਾ ਜਾਂਦਾ ਹੈ ਕਿ ਪੰਜਾਬ ਨੂੰ ਪਾਕਿਸਤਾਨ ਵਿੱਚ ਜ਼ਰੂਰਤ ਨਾਲੋਂ ਜ਼ਿਆਦਾ ਤਾਕਤ ਮਿਲੀ ਹੋਈ ਹੈ। ਅਤੇ ਦੂਜਾ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਪੰਜਾਬ ਨੂੰ ਵੰਡ ਦਿਆਂਗੇ ਤਾਂ ਦੋਵਾਂ ਦਾ ਪ੍ਰਸ਼ਾਸਨ ਕਰਨ 'ਚ ਆਸਾਨੀ ਹੋਏਗੀ। ਪਾਕਿਸਤਾਨ ਵਿੱਚ 50% ਲੋਕ ਇਹ ਕਹਿੰਦੇ ਨੇ ਕਿ ਉਹਨਾਂ ਦੀ ਮਾਂ ਬੋਲੀ ਪੰਜਾਬੀ ਹੈ ਅਤੇ 10% ਲੋਕ ਇਹ ਕਹਿੰਦੇ ਨੇ ਕਿ ਸਰਾਇਕੀ ਉਹਨਾਂ ਦੀ ਮਾਂ ਬੋਲੀ ਹੈ। ਸਰਾਇਕੀ ਬੋਲਣ ਵਾਲਿਆਂ ਦੀ ਗਿਣਤੀ 2 ਕਰੋੜ ਦੇ ਕਰੀਬ ਹੈ। ਇਹ ਬਹਿਸ ਲਗਾਤਾਰ ਚੱਲਦੀ ਹੈ ਕਿ ਮੁਲਤਾਨੀ, ਬਹਾਵਲਪੁਰੀ, ਸਰਾਇਕੀ ਇਹ ਭਾਸ਼ਾ ਪੰਜਾਬੀ ਦੀ ਉਪ ਬੋਲੀ ਹੈ ਜਾਂ ਵੱਖਰੀ ਇੱਕ ਭਾਸ਼ਾ ਹੈ। ਸਰਾਇਕੀ ਵਿੱਚ ਸਿੰਧੀ ਦਾ ਵੀ ਮਿਸ਼ਰਣ ਹੈ, ਉਂਝ ਇਸ ਦੇ ਲਹਿਜੇ ਵਿੱਚ ਤੁਹਾਨੂੰ ਟੋਨਲ ਕੁਆਲਿਟੀ ਜ਼ਰਾ ਪੰਜਾਬੀ ਨਾਲੋਂ ਵੱਖਰੀ ਮਿਲੇਗੀ। ਸਰਾਇਕੀ ਬੋਲਣ ਵਾਲਿਆਂ 'ਚ 1960 ਦੇ ਦਹਾਕੇ ਤੋਂ ਹੀ ਪਾਕਿਸਤਾਨ ਵਿੱਚ ਇੱਕ ਭਾਸ਼ਾਈ ਰਾਸ਼ਟਰਵਾਦ ਦੀ ਭਾਵਨਾ ਨਜ਼ਰ ਆਉਂਦੀ ਹੈ ਅਤੇ ਭਾਸ਼ਾ ਨੂੰ ਬਚਾਉਣ ਲਈ, ਅਗਾਂਹ ਵਧਾਉਣ ਲਈ ਕਈ ਸੰਗਠਨ ਵੀ ਬਣਦੇ ਨੇ। ਭਾਰਤੀ ਪੰਜਾਬ ਵਿੱਚ ਵੀ ਰਾਜਪੁਰਾ ਅਤੇ ਹੋਰ ਇਲਾਕਿਆਂ ਵਿੱਚ ਆ ਕੇ ਬਹਾਵਲਪੁਰੀਏ ਵੱਸੇ ਹੋਏ ਨੇ ਅਤੇ ਉਹਨਾਂ ਵਿੱਚ ਵੀ ਤੁਹਾਨੂੰ ਇਹ ਡਰ ਮਿਲ ਜਾਏਗਾ ਕਿ ਸਾਡੀ ਭਾਸ਼ਾ ਤਾਂ ਪੰਜਾਬੀ ਵਿੱਚ ਹੀ ਰਲਗੱਡ ਹੋ ਗਈ ਹੈ। ਵੱਖਰਾ ਸੂਬਾ ਬਣਾਉਣਾ ਪਾਕਿਸਤਾਨ ਵਿੱਚ ਕੋਈ ਬੜੀ ਸਿੱਧੀ ਜਿਹੀ ਗੱਲ ਨਹੀਂ ਹੈ। ਸੰਸਦ ਦੇ ਦੋਵਾਂ ਹਾਊਸਿਸ ਵਿੱਚ 2/3 ਬਹੁਮਤ ਨਾਲ ਬਿੱਲ ਨੂੰ ਪਾਸ ਕਰਨਾ ਪਏਗਾ ਅਤੇ ਫਿਰ ਪੰਜਾਬ ਅਸੈਂਬਲੀ ਵਿੱਚ ਵੀ ਇਹੀ ਪ੍ਰੋਸੀਜਰ ਤੁਹਾਨੂੰ ਫੋਲੋ ਕਰਨਾ ਪਏਗਾ। BBC ਪੱਤਰਕਾਰ ਸ਼ੁਮਾਇਲਾ ਜਾਫਰੀ ਦਾ ਇਹ ਵਿਸ਼ਲੇਸ਼ਣ ਹੈ ਕਿ ਉੱਤੋਂ ਤਾਂ PTI ਅਤੇ ਭੁੱਟੋ ਦੀ PPP ਇਹ ਕਹਿੰਦੀਆਂ ਨਜ਼ਰ ਆਉਣਗੀਆਂ ਕਿ ਹਾਂਜੀ ਵੱਖਰਾ ਸੂਬਾ ਬਣਾ ਲਓ, ਪਰ ਨਵਾਜ਼ ਸ਼ਰੀਫ ਦੀ ਮੁਸਲਿਮ ਲੀਗ ਉੱਤੋਂ ਹੀ ਸਿਰਫ ਇਹਦਾ ਸਾਥ ਦੇਵੇਗੀ। ਅੰਦਰੋਂ ਉਹਨੂੰ ਇਹ ਡਰ ਪੈਦਾ ਹੋ ਜਾਏਗਾ ਕਿ ਪੰਜਾਬ ਵਿੱਚ ਉਹਦਾ ਦਬਦਬਾ ਕਿਤੇ 2 ਹਿੱਸੇ ਹੋਣ ਨਾਲ ਘੱਟ ਨਾ ਜਾਵੇ। ਪਰ ਲੈਂਦੇ ਪੰਜਾਬ ਵਿੱਚ ਬੁੱਧੀਜੀਵੀ ਵੀ ਵੰਡੇ ਹੋਏ ਨੇ। ਸਵਾਲ ਅਜੇ ਕਈ ਬਾਕੀ ਨੇ ਕਿ ਮੁਲਤਾਨ ਨੂੰ ਮੌਜੂਦਾ ਪੰਜਾਬ ਦੀ ਇੱਕ ਦੂਜੀ ਰਾਜਧਾਨੀ ਬਣਾ ਕੇ ਰਾਹ ਕੱਢ ਲਿਆ ਜਾਵੇਗਾ, ਜਾਂ ਸਰਾਇਕੀ ਬੋਲਣ ਵਾਲੇ ਇਸ ਗੱਲ ਨੂੰ ਇਨਸਿਸਟ ਕਰਨਗੇ ਕਿ ਸਾਨੂੰ ਤਾਂ ਜੀ ਵੱਖਰਾ ਸੂਬਾ ਦੇਣਾ ਹੀ ਪਏਗਾ। ਜਦੋਂ ਸਾਡੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਹੋਣਗੇ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਨ ਇੱਕ ਵਾਰੀ ਫਿਰ ਆ ਜਾਵਾਂਗੇ। ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਤੁਹਾਨੂੰ ਕੋਈ ਨਵੀਂ ਜਾਣਕਾਰੀ ਵੀ ਜ਼ਰੂਰ ਮਿਲੀ ਹੋਏਗੀ। ਅਜਿਹੇ ਹੋਰ ਵੀਡੀਓ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਵੇਖ ਸਕਦੇ ਹੋ। ਜੇ Facebook 'ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਜਾਂ Twitter ਅਤੇ Instagram ਨੂੰ ਵੀ ਲਾਈਕ ਜ਼ਰੂਰ ਕਰੋ। ਨੀਚੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਜ਼ਰੂਰ ਦਿਓ ਅਤੇ ਸਾਡੀ ਵੈਬਸਾਈਟ bbc.com/ਪੰਜਾਬੀ 'ਤੇ ਪੰਜਾਬ ਅਤੇ ਦੁਨੀਆ ਦੀਆਂ ਪੰਜਾਬੀ ਵਿੱਚ ਖਬਰਾਂ ਪੜ੍ਹਨ ਲਈ ਜ਼ਰੂਰ ਆਓ। ਧੰਨਵਾਦ।